ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਡਾਕਟਰ ਅੰਤਰਪ੍ਰੀਤ ਸਿੰਘ ਹੈਗਾ ਅਤੇ ਮੈਂ SJS IVF ਹੋਸਪਿਟਲ ਦਾ ਡਾਇਰੈਕਟਰ ਹਾਂ। ਮੈਂ ਸਾਰਿਆਂ ਨੂੰ ਇਹ ਦੱਸ ਕੇ ਬਹੁਤ ਜ਼ਿਆਦਾ ਖੁਸ਼ੀ ਮਨਾਉਂਦਾ ਹਾਂ ਕਿ ਸਾਡੇ ਜਿਹੜਾ ਹੋਸਪਿਟਲ ਹੈਗਾ ਇਸ ਨੂੰ ਪੂਰੇ 11 ਸਾਲ ਹੋ ਗਏ ਨੇ। ਸਾਨੂੰ 11 ਸਾਲ ਹੋ ਗਏ ਹੈ ਕਿ ਅਸੀਂ ਬੇਔਲਾਦ ਜੋੜਿਆਂ ਦਾ ਇਲਾਜ ਕਰ ਰਹੇ ਹਾਂ ਅਤੇ ਇਸੀ ਖੁਸ਼ੀ ਦੇ ਵਿੱਚ ਅਸੀਂ 10 April 2019 ਨੂੰ ਕੈਂਪ ਲਗਾ ਰਹੇ ਹਾਂ ਜਿਸ ਦੇ ਵਿੱਚ ਜਿੰਨੇ ਵੀ ਬੇਔਲਾਦ ਜੋੜੇ ਹੈ ਉਸ ਦਾ ਫਾਇਦਾ ਉਠਾ ਸਕਦੇ। ਇਸ ਕੈਂਪ ਦੀ ਵਿਸ਼ੇਸ਼ਤਾ ਹੈਗੀ ਹੈ ਕਿ ਅਸੀਂ ਇੱਕ IVF ਸਾਈਕਲ ਦੇ ਨਾਲ ਇੱਕ IVF ਸਾਈਕਲ ਫ੍ਰੀ ਕਰਾਂਗੇ, ਜਿਸ ਦਾ ਮਤਲਬ ਕੀ ਹੈਗਾ ਹੈ ਕਿ ਜੇ ਤੁਸੀਂ ਕੋਈ IVF ਸਾਡੇ ਤੋਂ ਕਰਾਉਂਦੇ ਹੋ ਤੇ ਉਹ ਸਕਸੈਸਫੁਲ ਨਹੀਂ ਹੁੰਦਾ, ਉਹ ਫੇਲ ਹੋ ਜਾਂਦਾ ਹੈ, ਤੇ ਅਸੀਂ ਅਗਲਾ ਸਾਈਕਲ ਬਿਲਕੁਲ ਮੁਫਤ ਕਰਾਂਗੇ, ਬਿਲਕੁਲ ਫ੍ਰੀ ਕਰਾਂਗੇ, ਉਹ 'ਚ ਅਸੀਂ ਕੋਈ ਵੀ ਪੈਸੇ ਚਾਰਜ ਨਹੀਂ ਕਰਾਂਗੇ। ਪਰ ਸ਼ਰਤ ਆ ਹੈਗੀ ਹੈ ਕਿ ਤੁਸੀਂ 10 April 2019 ਨੂੰ ਆ ਕੇ ਜੇ ਰਜਿਸਟਰ ਕਰਾਉਂਦੇ ਹੋ। ਸੋ 11 ਸਾਲ ਹੋਣ ਕਰਕੇ ਆ ਅਸੀਂ ਕੈਂਪ ਲਗਾ ਰਹੇ ਹਾਂ ਤੇ ਮੈਂ ਫਿਰ ਤੋਂ ਇਹ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਬੇਔਲਾਦ ਜੋੜੇ ਹਨ ਉਹ ਇਸ ਦਾ ਜ਼ਰੂਰ ਫਾਇਦਾ ਉਠਾਉਣ। ਥੋੜ੍ਹਾ ਬਹੁਤ ਮੈਂ ਹੋਰ ਤੁਹਾਨੂੰ ਦੱਸ ਦੇਵਾਂ ਕਿ ਸਾਡਾ ਜਿਹੜਾ ਹੋਸਪਿਟਲ ਹੈਗਾ ਸੰਤ ਜਸਵੰਤ ਸਿੰਘ ਹੋਸਪਿਟਲ, ਇੱਕ IVF ਟੈਸਟ ਟਿਊਬ ਬੇਬੀ ਸੈਂਟਰ ਹੈਗਾ। ਇਸ ਹੋਸਪਿਟਲ ਦੇ ਵਿੱਚ ਅਸੀਂ ਸਿਰਫ ਤੇ ਸਿਰਫ ਬੇਔਲਾਦ ਜੋੜਿਆਂ ਦਾ ਹੀ ਇਲਾਜ ਕਰਦੇ ਹਾਂ। IVF ਜਿਹੜਾ ਹੈਗਾ ICSI, IUI, ਲੈਪਰੋਸਕੋਪੀ, ਹਿਸਟਰੋਸਕੋਪੀ, ਆਹ ਸਾਰੇ ਇੱਥੇ ਇਲਾਜ ਕੀਤੇ ਜਾਂਦੇ ਆ। ਸਾਡੇ ਕੋਲ ਡੋਨਰ ਐੱਗ ਬੈਂਕ ਵੀ ਹੈਗਾ, ਡੋਨਰ ਸਪਰਮ ਬੈਂਕ ਵੀ ਹੈਗਾ। ਸੋ ਜੇ ਕਿਸੇ ਮਰੀਜ਼ ਨੂੰ ਡੋਨਰ ਐੱਗਸ ਦੀ ਜਾਂ ਡੋਨਰ ਸਪਰਮ ਦੀ ਵੀ ਲੋੜ ਪੈਂਦੀ ਹੈ, ਅਸੀਂ ਉਹ ਵੀ ਪ੍ਰੋਵਾਈਡ ਕਰਦੇ ਹਾਂ। ਇੱਕ ਚੀਜ਼ ਮੈਂ ਹੋਰ ਦੱਸ ਦੇਵਾਂ ਕਿ ਸਾਡਾ ਇੱਕ ਹੋਸਪਿਟਲ ਗੁਰਦੁਆਰੇ ਨਾਲ ਅਟੈਚ ਹੋਣ ਕਰਕੇ ਬਾਬਾ ਬੁੱਢਾ ਸਾਹਿਬ ਜਾਂ ਸਥਾਨ ਨੰਬਰ 1 ਦਕੋਹਾ ਉਹਦੇ ਨਾਲ ਅਟੈਚਡ ਹੈਗਾ ਅਤੇ ਜਿੰਨੇ ਵੀ ਬਾਬਾ ਬੁੱਢਾ ਜੀ ਦੇ ਸਥਾਨ ਨੇ ਉੱਥੋਂ ਵੀ ਸਾਡੇ ਕੋਲ ਮਰੀਜ਼ ਆਉਂਦੇ ਹਨ। ਸੋ ਅਸੀਂ ਇੱਕ ਚੀਜ਼ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਹਾਂ ਕਿ ਅਸੀਂ ਜਿੰਨਾ ਵੀ ਇਲਾਜ ਕਰਦੇ ਹਾਂ ਅਸੀਂ ਸਾਰਾ ਟ੍ਰਾਂਸਪੇਰੈਂਟ ਕਰਦੇ ਹਾਂ। ਅਸੀਂ ਜੋ ਵੀ ਪ੍ਰੋਬਲਮ ਹੁੰਦੀ ਹੈ ਪੇਸ਼ੈਂਟ ਦੇ ਨਾਲ ਅਸੀਂ ਉਸਦੇ ਨਾਲ ਪੂਰਾ ਡਿਸਕਸ ਕਰਕੇ ਹੀ ਅੱਗੇ ਚੱਲਦੇ ਹਾਂ। ਸਾਡੇ ਹੋਸਪਿਟਲ ਦੀ ਵਿਸ਼ੇਸ਼ਤਾ ਇੱਕ ਹੋਰ ਆਹ ਵੀ ਹੈਗੀ ਹੈ ਕਿ ਸਾਡੇ ਕੋਲ ਜਦੋਂ ਵੀ ਕੋਈ ਮਰੀਜ਼ ਆਉਂਦਾ ਹੈ, ਕਿਉਂਕਿ ਉਹ ਕਾਫੀ ਜਗ੍ਹਾ ਤੋਂ ਧੱਕੇ ਖਾ ਕੇ ਆਇਆ ਹੁੰਦਾ ਹੈ, ਸੋ ਕੰਪਲੀਕੇਟਡ ਕੇਸਿਸ ਆਉਂਦੇ ਹਨ। ਸੋ ਉਸ ਕੇਸ ਦੇ ਵਿੱਚ ਵੀ ਅਸੀਂ ਕਾਫੀ ਸਾਡੀ ਐਕਸਪਰਟੀਜ਼ ਹੋ ਚੁੱਕੀ ਹਨ ਤੇ ਜਿਹਦੇ ਕਰਕੇ ਅਸੀਂ ਤੁਹਾਨੂੰ ਬਹੁਤ ਅੱਛੀ ਰਾਏ ਦੇ ਸਕਦੇ ਹਾਂ। ਔਰ ਜ਼ਰੂਰੀ ਨਹੀਂ ਹੈ ਕਿ ਕੋਈ ਵੀ ਬੇਔਲਾਦ ਜੋੜਾ ਜਿਹੜਾ ਵੀ ਆਉਂਦਾ ਹੈ ਉਹਨੂੰ IVF ਦੀ ਹੀ ਲੋੜ ਹੈ। ਕਈ ਪੇਸ਼ੈਂਟਸ ਨੂੰ ਅਸੀਂ IUI ਨਾਲ ਵੀ ਟ੍ਰੀਟ ਕਰ ਸਕਦੇ ਹਾਂ, ਕਈਆਂ ਨੂੰ ਹੋ ਸਕਦਾ ਸਿਰਫ ਦਵਾਈਆਂ ਨਾਲ ਹੀ ਟ੍ਰੀਟ ਕੀਤਾ ਜਾਏ। ਸੋ ਉਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਕੀ ਪੋਜੀਸ਼ਨ ਹੈਗੀ ਹੈ, ਤੁਹਾਨੂੰ ਕਿੰਨੀ ਕੰਪਲੀਕੇਸ਼ਨਸ ਹੈਗੀਆਂ। ਸੋ ਆਹ ਬਿਲਕੁਲ ਨਹੀਂ ਤੁਸੀਂ ਸੋਚਣਾ ਹੈਗਾ ਕਿ ਜੇ ਸਾਡੇ ਕੋਲ ਤੁਸੀਂ ਆ ਰਹੇ ਹੋ ਤੁਹਾਡਾ IVF ਹੀ ਕੀਤਾ ਜਾਏਗਾ। ਇੱਕ ਮੈਂ ਹੋਰ ਤੁਹਾਡੀ ਲੋਕੀ ਸੋਚਦੇ ਆ ਕਿ IVF ਦੇ ਵਿੱਚ ਸਿਰਫ ਡੋਨਰ ਸਪਰਮ ਜਾਂ ਡੋਨਰ ਐੱਗ ਹੀ ਯੂਜ਼ ਕਰਦੇ ਆ, ਮਤਲਬ ਕਿ ਉਹ ਕਹਿੰਦੇ ਆ ਜੀ ਬੱਚਾ ਤੁਸੀਂ ਕਿਸੇ ਹੋਰ ਦਾ ਰੱਖ ਦੋਗੇ, ਉਹ ਗੱਲ ਬਿਲਕੁਲ ਗਲਤ ਹੈ। ਅਸੀਂ ਵਾਈਫ ਦੇ ਐੱਗਸ, ਹਸਬੈਂਡ ਦੇ ਸਪਰਮ ਹੀ ਯੂਜ਼ ਕਰਦੇ ਹਾਂ। ਜੇ ਸਾਨੂੰ ਡੋਨਰ ਐੱਗ ਜਾਂ ਡੋਨਰ ਸਪਰਮ ਲੈਣੇ ਹੈ ਸਾਨੂੰ ਤੁਹਾਨੂੰ ਪੁੱਛਣਾ ਪੈਂਦਾ ਹੈ, ਤੁਹਾਡਾ ਕੰਸੈਂਟ ਲੈਣਾ ਪੈਂਦਾ ਹੈ, ਫਾਰਮ ਹੁੰਦੇ ਨੇ ਉਹਨਾਂ ਤੇ ਸਾਈਨ ਕਰਾਉਣੇ ਪੈਂਦੇ ਆ, ਉਸ ਤੋਂ ਬਾਅਦ ਹੀ ਅਸੀਂ ਲੈ ਪਾਉਂਦੇ ਹਾਂ। ਸੋ ਆਹ ਬਿਲਕੁਲ ਵੀ ਨਾ ਤੁਸੀਂ ਸੋਚੋ ਕਿ ਅਸੀਂ ਕਿਸੇ ਹੋਰ ਦਾ ਸ਼ੁਕਰਾਣੂ ਜਾਂ ਕਿਸੇ ਹੋਰ ਦੇ ਆਂਡੇ ਲੈ ਕੇ ਤੁਹਾਨੂੰ ਬਿਨਾਂ ਦੱਸੇ ਰੱਖ ਦਾਂਗੇ। ਸੋ 11 ਸਾਲ ਹੋ ਚੁੱਕੇ ਨੇ ਸਾਡੇ ਹੋਸਪਿਟਲ ਨੂੰ, 10 April 2008 ਨੂੰ ਅਸੀਂ ਸਟਾਰਟ ਕੀਤਾ ਸੀਗਾ, ਸਿਰਫ ਤੇ ਸਿਰਫ ਬੇਔਲਾਦ ਜੋੜਿਆਂ ਵਾਸਤੇ ਹੈਗਾ ਤੇ ਉਹਦਾ ਹੀ ਉਹ ਬੇਔਲਾਦ ਜੋੜਿਆਂ ਕਰਕੇ ਇਸ ਲਈ ਕਿਉਂਕਿ ਸਾਡੇ ਕੋਲ ਸਿਰਫ ਬੇਔਲਾਦ ਜੋੜੇ ਹੀ ਜ਼ਿਆਦਾ ਆਉਂਦੇ ਸਨ ਤੇ ਉਸ ਕਰਕੇ ਅਸੀਂ ਉਹਨਾਂ ਵਾਸਤੇ ਹੀ ਸਪੈਸ਼ਲ ਹੋਸਪਿਟਲ ਖੋਲਿਆ। ਮਾਡੂਲਰ IVF ਲੈਬ ਹੈ, ਪੰਜਾਬ ਦੀ ਵਨ ਆਫ ਦ ਬੈਸਟ ਲੈਬਸ ਹੈ, ਬੈਸਟ ਮਸ਼ੀਨਸ ਲੱਗੀਆਂ ਹੋਈਆਂ, ਟੋਪ ਦੀਆਂ ਮਸ਼ੀਨਸ ਲੱਗੀਆਂ, ਟੋਪ ਦੇ ਡਾਕਟਰਸ ਆ। ਸੋ ਇਸ ਦਾ ਫਾਇਦਾ ਮੇਰੇ ਹਿਸਾਬ ਨਾਲ ਜਿੰਨੇ ਵੀ ਬੇਔਲਾਦ ਜੋੜੇ ਆ ਜਿਨ੍ਹਾਂ ਨੂੰ ਬੱਚਾ ਨਹੀਂ ਠਹਿਰ ਰਿਹਾ ਜਾਂ ਠਹਿਰਨ 'ਚ ਪਰੇਸ਼ਾਨੀ ਹੋ ਰਹੀ ਹੈ, ਪਲੀਜ਼ ਇਹਦਾ ਫਾਇਦਾ ਚੱਕੋ। ਇੱਕ ਚੀਜ਼ ਮੈਂ ਹੋਰ ਦੱਸ ਦੇਵਾਂ, ਜਿਹੜੇ ਪੇਸ਼ੈਂਟਸ ਨੂੰ 1 ਸਾਲ ਤੋਂ ਜ਼ਿਆਦਾ ਟਰਾਈ ਕਰਦੇ ਹੋ ਗਿਆ ਬੇਸਿਕਲੀ ਉਹਨਾਂ ਨੂੰ ਅਸੀਂ ਬੇਔਲਾਦ ਕਹਿੰਦੇ ਹਾਂ। ਜਿਨ੍ਹਾਂ ਕੋਲ ਆਲਰੇਡੀ ਬੱਚੇ ਹੈਗੇ ਆ ਅਸੀਂ ਉਹਨਾਂ ਨੂੰ ਬੇਔਲਾਦ ਨਹੀਂ ਕਹਿੰਦੇ। ਜੇ ਤੁਹਾਡੇ ਕੋਲ ਆਲਰੇਡੀ 2-2 ਕੁੜੀਆਂ ਹੈ ਤੁਸੀਂ ਪਲੀਜ਼ ਆ ਨਾ ਮੰਨ ਕੇ ਆਓ ਕਿ ਇੱਥੇ ਮੁੰਡਾ ਹੋ ਜਾਏਗਾ, ਉਹ ਅਸੀਂ ਇਲਾਜ ਨਹੀਂ ਕਰਦੇ, ਉਹ ਇਲੀਗਲ ਹੈ ਔਰ ਨਾ ਅਸੀਂ ਉਹ ਕਰਨਾ। ਸੋ ਸਿਰਫ ਤੇ ਸਿਰਫ ਜਿਹੜੇ ਐਕਚੁਅਲ ਬੇਔਲਾਦ ਹੈ ਜਿਨ੍ਹਾਂ ਕੋਲ ਕੋਈ ਬੱਚਾ ਨਹੀਂ ਹੈ ਉਹੀ ਇਸ ਕੈਂਪ ਦਾ ਫਾਇਦਾ ਚੱਕਣ। 10 April 2019 ਨੂੰ ਕੈਂਪ ਲਗਾ ਰਹੇ ਹਾਂ, ਸੋ ਉਸ ਦਾ ਫਾਇਦਾ ਜ਼ਰੂਰ ਚੱਕੋ। ਇੱਕ ਚੀਜ਼ ਮੈਂ ਹੋਰ ਦੱਸਦਾ, ਮੈਂ ਹੁਣ ਜਿਹੜੀ ਅੱਜ ਆਹ ਵੀਡੀਓ ਬਣਾ ਰਿਹਾ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਰਿਹਾ, ਹੁਣ ਮੈਂ ਰੋਜ਼ ਵੀਡੀਓਜ਼ ਬਣਾਊਂਗਾ ਤੁਹਾਨੂੰ। ਮੈਂ ਥੋੜ੍ਹਾ ਬਹੁਤ ਪੇਸ਼ੈਂਟਸ ਨੂੰ ਜਿਨ੍ਹਾਂ ਨੂੰ ਇੰਟਰਸਟ ਹੈਗਾ ਆ, ਜਿਨ੍ਹਾਂ ਨੂੰ ਪ੍ਰੋਬਲਮ ਚੱਲ ਰਹੀ ਹੈ, ਥੋੜ੍ਹਾ ਬਹੁਤ ਮੈਂ ਹੋਰ ਤੁਹਾਨੂੰ ਦੱਸਦਾ ਰਹੂੰਗਾ ਕਿ ਬੇਔਲਾਦਪਨ ਕੀ ਹੁੰਦਾ ਹੈ, ਇਹਦੇ ਕੀ ਕੋਜ਼ਿਜ਼ ਹੁੰਦੇ ਆ ਅਤੇ ਉਹਨੂੰ ਅਸੀਂ ਕਿੱਦਾਂ ਆਪਾਂ ਇਹਨੂੰ ਰੈਡੀਕੇਟ ਕਰ ਸਕਦੇ ਹਾਂ, ਕਿੱਦਾਂ ਆਪਾਂ ਇਹਦਾ ਟ੍ਰੀਟਮੈਂਟ ਕਰ ਸਕਦੇ ਹਾਂ।
ਸੋ ਆਹ ਸਭ ਗੱਲਾਂ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹੂੰਗਾ। ਥੈਂਕ ਯੂ ਦੋਸਤ।